ਕਿਵੇਂ ਬਾਬੇ ਦੇ ਕਮਲਾਤ ਇੱਥੇ ਬਾਬੇ ਦੇ ਮੋਕਲ ਸਨ ਤੇ ਐਵੇਂ ਥਈ ਹੈ ਮੋਕਲ ਨਹੀਂ ਸਨ ਹਾਂ ਮਾਜਦ ਮੂੰਹ ਦੀ ਮਾਂ ਦੀ ਕਬਰ ਇੱਥੇ ਜੱਗ ਲੱਗ ਗਿਆ ਮਾਲਾ ਦੀ ਮਾਵਾਂ ਦੇ ਗਾਲੇ ਮੈਂ ਕਿਹਦੀ ਹਾਂਜੀ ਹੈਲੋ ਦੇਖ ਮੇਰਾ ਪਤਾ ਕਹਿੰਦੀ ਫੀਤੀ ਫੀਤੀ ਕਹਿੰਦਾ ਲੱਭਦੀ ਆ ਹਾਂਜੀ ਮੈਂ ਕਿਹਦੀ ਇੱਕ ਤੂੰ ਫਿਰ ਰਿਸ਼ਤੇ ਕਰਾ ਲੋ ਹਾਏ 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 ਕਹੀ ਜਾਂਦੀ ਦਵਾਈ ਕਿਉਂ ਨਹੀਂ ਲੈਂਦੀ ਕਿੱਥੋਂ ਆਈ ਹੈ ਮੈਂ ਕਿਹਾ ਸੀ ਮੁਲਤਾਨ ਤੋਂ ਯਹਾਂ ਮੁਲਤਾਨ ਤੋਂ ਆਈ ਹੈ ਬਾਬੇ ਮੁਲਤਾਨ ਤੋਂ ਆਏ ਨੇ ਬਾਬੇ ਬੜੇ ਪਹੁੰਚੇ ਬਾਬੇ ਬਾਬਾ ਦੇਗਾ ਹੁਕਮ ਕਰ ਕੀ ਚਾਹੀਦਾ ਪੈਸਾ ਕਿੰਨਾ ਕੁ ਚਾਹੀਦਾ ਇੰਨਾ ਚਾਹੀਦਾ ਕੋਈ ਗ੍ਰਾਹਕ ਘਰ ਨਾ ਜਾਵੇ ਬਾਬੇ ਕੋਈ ਆਮ ਬਾਬੇ ਆ ਅਸੀਂ ਬੜੇ ਵੱਡੇ ਬਾਬੇ ਆ ਤੈਨੂੰ ਤਵੀਜ ਦਾਂਗੇ ਰਾਤੋਂ ਰਾਤ ਅਮੀਰ ਹੋ ਜਾਏਗੀ ਤੂੰ अली मैं बटी जी तुम प्यारी हो माशाल्लाह दिल की बात कह रहा हूँ आज वीडियो भी बन रही आप मुझसे शादी कर लें अच्छा तो फिर शादी की बात कहाँ लेके जाओगे जहाँ से फोन आएगा ਕੁੱਤੇ ਦਾ ਪੁੱਤਰ ਸਾਡਾ ਭੇਤੀ ਹੈ ਇਹਨੂੰ ਨਾ ਦੱਸਿਆ ਕਰੋ ਜਿੱਥੇ ਜਾਂਦੇ ਹੋ ਰੰਗ ਪਹਿਲਾਂ ਕੌਣ ਸਾਈ ਹੈ ਮੇਰੇ ਗੁਰਨਾ ਕਿਉਂ ਖੜਦੇ ਨੂੰ ਪਤਾ ਵੀ ਇਮਲੀ ਵੀ ਚਾਹੀਦੀ ਅੱਛਾ ਇਹ ਪਤਾ ਕੌਣ ਸਾ ਰੰਗ ਪਹਿਨਾ ਹੈ ਆਓ ਬੈਠੇ ਫੀਤੀ ਫੀਤੀ ਕਰ ਦੋ ਜੀ ਆਪ ਦਾਵਤ ਲੈ ਦੀ ਖੜੀਏ ਇਹ ਮੈਂ ਕਿਹਾ ਕਿਹੜਾ ਰੰਗ ਪਾਉਂਦੇ ਵੇ ਯੈਲੋ ਆਓ ਅੰਦਰ ਆ ਜਾਓ ਬੜੀ ਮੁਸ਼ਕਿਲ ਨਾਲ ਟੋਲਦੇ ਆ ਜੋ ਵੀ ਆਤਾ ਹੈ ਬੜਾ ਪੰਦ ਕੱਢੇ ਦੇ ਛੋਦਾ ਬੜਾ ਪੰਦ ਕੱਢੇ ਦੇ ਜਿਹੜੇ ਆ ਤੇ ਖੜਦੇ ਹੁੰਦਾ ਹੈ ਕਿਹੜੇ ਜੀ ਤੁਹਾਡੇ ਕੱਪੜੇ ਕਿੱਥੇ ਨੇ ਮੇਰੇ ਕੱਪੜੇ ਦੀ ਅੰਦਰੋਂ ਲੜ ਲੜ ਦੇ ਅੰਦਰ ਕੱਪੜੇ ਕਬ ਤੱਕ ਹੋਤੇਗੀ ਜ਼ਿਆਦੀ ਕਬ ਤੱਕ ਬਰਦਾਸ਼ਤ ਕਰੇਗੀ ਜ਼ਿਆਦੀ ਕੈਮਰੇਮੈਨ ਨਸੀਰ ਕੇ ਸਾਥ ਵਸੀਮ ਰਾਜ ਕੋ ਜੀਓ ਨਿਊਜ਼ ਲਾਹੌਰ ਨਾਜ਼ਰੀਨ ਉਸ ਬਸਤੀ ਮੇ ਖੜੇ ਜਾ ਕੇ ਲੜਕੀ ਕੇ ਸਾਥ ਜ਼ਿਆਦੀ ਹੋਈ ਤੋ ਨਾਜ਼ਰੀਨ ਬਾਤ ਕਰੇਂਗੇ ਸਭ ਸੇ ਪਹਿਲੇ ਲੜਕੀ ਕੇ ਭਾਈ ਸੇ ਜੀ ਹਾਂ ਜੀ ਬਿਲਕੁਲ ਮਿਹਰਬਾਨੀ ਜਨਾਬ ਉਹਨਾਂ ਲੋਕਾਂ ਦੀ ਜਿਨ੍ਹਾਂ ਨੇ ਜ਼ਿਆਦਤੀ ਕੀਤੀ ਹੈ ਹਾਲਾਂਕਿ ਕੀ ਹੋ ਜਾਂ ਸਾਰੀਆਂ ਚੱਕਰਾਂ ਲੋਕ ਸਾਡੀਆਂ ਨਹੀਂ ਪੜਦਾ ਵਾਹ 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 ਬੜੀ ਅੱਛੀ ਨਾਜ਼ਰੀਨ ਇਹ ਥੇ ਲੜਕੀ ਦੇ ਭਾਈ ਜਿਨਕਾ ਦਿਮਾਗੀ ਤਵਾਜ਼ਨ ਇਸ ਵਾਕਿਆ ਕੇ ਬਾਅਦ ਖਰਾਬ ਹੋ ਗਿਆ ਤੋ ਆਪ ਬਾਤ ਕਰੇਂਗੇ ਜੀ ਲੜਕੀ ਕੇ ਚਾਚੇ ਸੇ ਜੀ ਹੋੜਾ ਸਾਲ ਬਾਬੇ ਦੀ ਭੇਡ ਨਿਕਲੀ ਹੈ ਜਿਹੜੀ ਕੁੜੀਆਂ ਜ਼ਿਆਦਤੀ ਹੋ ਤੁਹਾਡੀ ਭਤੀਜੀ ਹੈ ਤਾਂ ਬੱਚੀ ਹੈ ਸਾਡੀ ਬਾਜੀ ਕੀ ਦੱਸੀਏ ਇਹ ਦੁਰਘਟਨਾ ਜਦੋਂ ਹੋਈ ਹੈ ਬਾਬੇ ਹੋਰੀ ਚਿੱਲਾ ਕੱਟ ਰਹੇ ਸਨ ਘਰ ਜਦੋਂ ਆਏ ਬਾਬੇ ਜੀ ਅੱਛਾ ਖੂਨ ਦੀਆਂ ਤਤੀਰੀਆਂ ਤਤੀਰੀਆਂ ਹਕੂਮਤ ਨੇ ਸਾਨੂੰ 2 ਲੱਖ ਰੁਪਏ ਦਿੱਤਾ ਸੀ ਬੜੇ ਖੁਸ਼ ਠੀਕ ਗਏ ਹਾਂ ਅਸਾਂ ਹੁਣ ਇੱਕ ਹੋਰ ਜਵਾਨ ਠੀਕ ਗਈ ਹੈ ਅੱਛਾ 4 ਲੱਖ ਦਿਓ ਵੀ ਨਾਜ਼ਰੀਨ ਇਹ ਥੇ ਲੜਕੀ ਕੇ ਚਾਚਾ ਤੋ ਇਹ ਵਾਕਿਆ ਕੇ ਬਾਅਦ ਇਹ ਵੀ ਪਾਗਲ ਤੋਂ ਬਾਤ ਕਰੇਂਗੇ ਲੜਕੀ ਕੇ ਬਾਪ ਸੇ ਜੀ ਕਿਹੜੀ ਟੀਵੀ ਤੋਂ ਆਏ ਅਸਾਂ ਜੀ ਜੀਓ ਨਿਊਜ਼ ਤੋਂ ਅੱਛਾ ਤੁਹਾਡੇ ਸ਼ੁਕਰ ਗੁਜ਼ਾਰ ਹੈ ਮਿਹਰਬਾਨੀ ਤੁਸੀਂ ਸਾਡਾ ਭੱਲਾ ਕੀਤੇ ਸਾਡਾ ਅਹਿਸਾਸ ਕੀਤੇ ਸਾਡੇ ਕੋਲ ਟੋ ਰਹੇ ਵੇ ਮਿਹਰਬਾਨੀ ਅਸਾਂ ਤੋਂ ਤੁਹਾਨੂੰ ਸਿਰਫ ਇਹ ਦੁਆ ਦੇ ਸੋ ਮਿਹਰਬਾਨੀ ਜਿਵੇਂ ਸਾਡੀ ਭੈਣ ਦੀ ਇੱਜ਼ਤ ਟੁੱਟੀ ਦੀ ਅੱਲਾ ਕਰੇ ਤੁਹਾਡੀ ਭੈਣ ਦੀ ਵੀ ਜੀ ਨਾ ਟੁੱਟੀ ਤੋ ਨਾਜ਼ਰੀਨ
یہ تھی لڑکی کی فیملی. تو ناظرین آپ بات کرتے ہیں اس درند انسان سے جس نے یہ حرکت کی. وہ کون ہے یہ؟ بس بھائی کیا بتاؤں، پوپی پی رکھی تھی پتہ نہیں لگا. فیملی آ گئی، چاچا ماما سارے آ گئے، وہ جگہ تو لے کے نہیں گئے جتنے عزت لٹی گئی ہے. جی جی ادھر چلتے ہیں. آج چلی آج چلی وہ چنگا جی شیر سنا. عزت لوٹی جی پوتر جمے اندر نال تک گل کرو. ہاں جی کی لوٹی جی میری اما ہے نا. سونی جانو آدھی کئی نال کیا آدھی کئی نال کیا کری وہ مسول چونگی سڑک والے لبے نے بندے. وہ کیوں وہ آدھے نا سا بلا مارنی ہے ساری سڑک کی لوک کھا رہے برسات یاد نہیں کہ کب ہوئی پیار کی برسات یاد نہیں خوف پہ ڈوبی ہوئی ملاقات یاد نہیں ہم تو مدہوش تھے اس کی چاہت میں کچھ اتنا اس نے کب چھوڑ دیا ساتھ یاد نہیں زندگی جبرے مسلسل کی طرح کاٹی ہے نہ جانے کس جرم کی پائی ہے سزا یاد نہیں میں نے پلکوں سے درے یار پہ دستک دی ہے میں وہ سائل ہوں جسے کوئی سزا یاد نہیں آؤ ایک سجدہ کرے عالم میں مدوشی میں لوگ کہتے ہیں کہ ساگر کو خدا یاد. بابا کون جی آواز نکلی ہے بابا کا موقع لے کسی نے کام سوکھ گیا لوگوں کی اولاد گندی ہوتی تو کئی کا پیو گندا نکلے حالات بدل دے رہندن اپنی جتی ہوے تو اپ پوری آ گئی جمعہ پڑھا رہے تو بھی میری پائی ہے کلش پال میں پیچھے سے بولے سینئر ہو کلش پال اخر لش پال ہوندن حالات بدل دے رہندن قران گواہ ہے آج میں دی اوقات بدل دے رہندن 90 سال دے 24 گھنٹے دے دی رات بدل دے رہندن اشرف نہیں بدلدن کم ذات بدل دے رہندن دی رات بدل دے رہندن خدا آپ تو اسے جھومتا ہاتھ چھوڑ کر کے ڈانڈیے ویسے بھی ہوا شوال میرے پیار کو جل تھل کر دے میرے محبوب کے پاؤں کو جو چھیٹا چومے اسی چھیٹے کو چھلکتی ہوئی پائل کر دے کیسے میں حشر کے سورج سے ڈروں مجھ پہ جو میرے یار کا آنچل کر دے آنکھ ایسی کہ کوئی کاجل بھی نہ ٹھہر سکے اسی آنکھ کا مجھے کاجل کر دے اے مقدر آخر ترسائے کا کب تک یا میری بات سمجھ یا مجھے پاگل.
ایک مشورے دے پھر اسکن بابا جی کہ تیرے سر دی کیا تعریف کرنا تیرے وال والے تے جوے تیرے سر دی کیا تعریف کرنا تیرے وال والے تے جوے پھوکڑی ورگی لتا تیری باندھر ورگا موئے سنگل حرام تے میں ودے دی تھن پر دبا حرام دا اچھا بابا چپ کر کے کہ رواں تو نہیں تھی گیا تھوڑی دیر بعد بتا دے لگا رہا تھا